ਲਾਈਵ ਪ੍ਰਸਾਰਣ ਦੇਖੋ। ਕਿਲੋਮੀਟਰ ਦੂਰ ਆ? ਨਹੀਂ ਨਹੀਂ ਹੁਸ਼ਿਆਰਪੁਰ ਵਾਲੀ ਸਾਈਡ। ਪਲੇਅਰ ਦੇ ਕੋਈ ਹਾਂ ਸਵਾਗਤ ਕੀਤਾ ਜਾਵੇ ਸਰਦਾਰ ਬਿਆਨ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ। ਤਾਲੀਆਂ ਬਈ, ਤਾਲੀਆਂ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਤਾਲੀਆਂ ਮਾਰੋ ਸਰਦਾਰ ਬਿਆਨ ਸਿੰਘ ਜੀ ਦਾ। ਨਵਦੀਪ ਮਾਈਕ ਤੇ ਆ ਬੋਲਦੇ ਸਾਈਡ ਦੇ ਕੋਰਨਰ ਵੱਲ ਨੂੰ ਬੋਲ ਗਈ, ਬੋਲ ਕੇ ਬਾਹਰੋਂ ਨਿਕਲ ਗਿਆ ਬਹੁਤ ਵਧੀਆ ਟਰਾਈ ਤਲਵੰਡੀ ਵੱਲੋਂ ਵੀ। ਤਲਵੰਡੀ ਚੌਧਰੀਆਂ ਲਈ ਖੁਸ਼ਖਬਰੀ, ਨਵਦੀਪ ਸਿੰਘ USA ਵੱਲੋਂ ਅਗਰ ਤਲਵੰਡੀ ਚੌਧਰੀਆਂ ਗੋਲ ਕਰਦੀ ਹੈ ਤੇ 500 ਰੁਪਏ ਦਾ ਵਿਸ਼ੇਸ਼ ਇਨਾਮ ਨਵਦੀਪ ਸਿੰਘ USA ਵੱਲੋਂ। ਆਹ
श्री राम प्रकाश शर्मा जी साढ़े दरम्यान पहुंचे ने नाल उन्होंने बेटे तो साढ़े भाजी वे परशोत्तम लाल जी पहुंचे ने और पहुंच गया ट्राई और गोल तलवंडी वाले पहला गोल लाल जी तलवंडी ले 3000 रुपया हरा हो गया 500 रुपया नवदीप सिंह यूएसए वालों 500 रुपया सोडी शहरिए वालों 500 रुपया सोनू चलदिए वालों 500 रुपया अमरजीत सिंह ओठी वालों 500 रुपया मेरे वालों 2500 रुपया हरा जी तलवंडी चौधरिया का भी 500 रुपया पहुंचा दो मैनू मेरे वीरो उधार कोई नहीं है कम जे सोनू वालों आ गया 500 रुपया साडा वीर भुपिंदर सिंह भिंदा बहुत तीन दिनों तो सेवा कर रहा साडे दरम्यान पानी दी भी बहुत बहुत धन्यवाद साडा मैंबर भी मेरे वीर गड्डी पिछे रखियो थोड़ी ओके ओके ऑफसाइड पीटर थोड़ा जा अर्ली चले गया ਪੇਟ ਨਾ ਕਰਵਾ ਲਈ ਬਾਰ ਸਾਡਾ ਮਾਲ ਦੋ
ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰੌਂਡੀ ਚੌਧਰੀਆਂ ਦੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਤਰੌਂਡੀ ਚੌਧਰੀਆਂ ਅਤੇ ਮੋਗਾ ਕਲੱਬ ਦੇ ਦਰਮਿਆਨ ਫੁੱਟਬਾਲ ਦਾ ਬਹੁਤ ਸੋਹਣਾ ਮੈਚ ਚੱਲ ਰਿਹਾ ਹੈ। ਸਾਡੇ ਆਏ ਹੋਏ ਮਹਿਮਾਨ ਸਰਦਾਰ ਬੇਅੰਤ ਸਿੰਘ ਜੀ ਜੋ ਮਾਸਟਰ ਜੀ ਨੇ ਸਾਡੇ ਰਹੇ, ਜਿਨ੍ਹਾਂ ਦਾ ਸਦਕਾ ਅਸੀਂ ਇਸ ਗਰਾਊਂਡ ਦੇ ਵਿੱਚ ਫੁੱਟਬਾਲ ਖੇਡਿਆ ਅਤੇ ਜਿਨ੍ਹਾਂ ਦਾ ਸਦਕਾ ਅਸੀਂ ਇਹ ਗਰਾਊਂਡ ਦੇ ਵਿੱਚ ਅੱਜ ਫਿਰ ਮੈਚ ਕਰਵਾ ਰਹੇ ਹਾਂ, ਉਹਨਾਂ ਨੇ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਉਹਨਾਂ ਨੇ ਆਪਣੇ ਵੱਲੋਂ ਸਾਡੀ ਇਸ ਕਮੇਟੀ ਨੂੰ 2100 ਰੁਪਈਆ ਦਿੱਤਾ ਹੈ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਇੱਕ ਵਾਰੀ ਤਾਲੀਆਂ ਮਾਰ ਦਿਓ ਸਾਰੇ ਬਾਈ। ਸਰਦਾਰ ਬੇਅੰਤ ਸਿੰਘ ਜੀ ਉਹਨਾਂ ਨੇ 2100 ਰੁਪਈਆ ਸਾਨੂੰ ਆਪਣੇ ਨੇਕ ਕਮਾਈ ਦੇ ਵਿੱਚੋਂ ਸਾਡੀ ਇਸ ਕਮੇਟੀ ਲਈ ਭੇਟ ਕੀਤਾ, ਅਸੀਂ ਬੜੇ ਧੰਨਵਾਦੀ ਹਾਂ ਉਹਨਾਂ ਦੇ। ਜਿੰਨੇ ਵੀ ਇਸ ਕਮੇਟੀ ਦੇ ਮੈਂਬਰ ਜਾਂ ਸਾਡੇ ਜਿਹੜੇ ਸਾਥੀ ਜਿਹੜੇ ਆਏ ਹੋਏ ਨੇ, ਉਹਨਾਂ ਨੂੰ ਬੇਨਤੀ ਆ ਕਿ ਆਪੋ ਆਪਣੀ ਡਿਊਟੀ ਬਿਨਾਂ ਕਿਸੇ ਦੇ ਕਹੇ ਤੋਂ ਹੀ ਆਪਣੇ ਆਪ ਸੰਭਾਲੋ। ਆਪਾਂ ਮੇਜ਼ਬਾਨੀ ਕਰ ਰਹੇ ਹਾਂ ਸਾਰੇ ਆਏ ਹੋਏ ਮਹਿਮਾਨਾਂ ਦੀ ਔਰ ਸਾਰੀਆਂ ਟੀਮਾਂ ਦੀ, ਉਹਨਾਂ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਆਪਣੀ ਮੇਜ਼ਬਾਨੀ ਦਾ ਲੁਕ ਦਿੱਤਾ ਜਾਵੇ। ਇਸ ਲਈ ਜਿੰਨੇ ਮੇਰੇ ਵੀਰ ਸਾਈਡਾਂ ਤੇ ਖੜੇ ਆ ਉਹਨਾਂ ਨੂੰ ਬੇਨਤੀ ਆ ਕਿ ਸਟੇਜ ਦੇ ਕੋਲ ਆ ਜਾਓ, ਇੱਥੇ ਕੁਰਸੀਆਂ ਵਾਧੂ ਨੇ, ਕੁਰਸੀਆਂ ਤੇ ਬੈਠ ਕੇ ਆਰਾਮ ਦੇ ਨਾਲ ਮੈਚ ਦਾ ਆਨੰਦ ਮਾਣੋ। ਸਾਡੇ ਦਰਮਿਆਨ ਵਰਿੰਦਰ ਸਿੰਘ ਕੈਨੇਡਾ ਪਹੁੰਚੇ ਨੇ, ਨਾਲ ਨਵਦੀਪ ਮੜੀਆ ਜੀ, ਸਾਡੇ ਕਲੱਬ ਦੇ ਮੈਂਬਰ ਹੀ ਨੇ ਪਰ ਜ਼ਿਆਦਾ ਸੇਵਾਵਾਂ ਸਾਡੀ ਦੁਕਾਨ ਤੇ ਦਿੰਦੇ ਨੇ, ਇੱਥੇ ਸਾਡੇ ਕੋਲ ਘੱਟ ਦਿੰਦੇ ਨੇ। ਨਵਦੀਪ ਮੜੀਆ ਜੀ ਜੀ ਆਇਆਂ ਨੂੰ ਜੀ, ਵਰਿੰਦਰ ਸਿੰਘ ਕੈਨੇਡਾ ਉਹਨਾਂ ਨੂੰ ਬੇਨਤੀ ਆ ਸਟੇਜ ਤੇ ਬਹੁਤ। ਵਰਿੰਦਰ ਜੀ ਆ ਜਾਓ, ਤਾਲੀਆਂ ਭੁਪਿੰਦਰ ਸਿੰਘ ਬੱਬੂ ਲਈ। ਭੁਪਿੰਦਰ ਸਿੰਘ ਬੱਬੂ ਭਾਈ ਵੱਲੋਂ 500 ਰੁਪਇਆ ਵਿਸ਼ੇਸ਼, ਤੇ ਇੱਕ ਕਹਿੰਦੇ ਹੋਰ ਐਲਾਨ ਆ ਬੱਬੂ ਭਾਈ ਵੱਲੋਂ, ਪੀਟਰ ਜੇ 3 ਗੋਲ ਕਰੇ ਇਸ ਮੈਚ 'ਚ ਤੇ 500 ਰੁਪਇਆ ਹੋਰ ਪੀਟਰ ਲਈ। ਬਈ ਵਾਹ, ਪੀਟਰ ਪੈਸਾ ਨਾ ਜਾਂਦਾ ਜਾਂਦਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਲੋਕਾਂ ਦਾ ਜਿਹੜੇ ਸਾਡੇ ਹੌਸਲਾ ਅਫਜ਼ਾਈ ਕਰ ਰਹੇ ਨੇ ਪਲੇਅਰਾਂ ਦੀ। ਬਈ ਪੀਟਰ, ਪੈਸਿਆਂ ਦੀ ਵਰਖਾ ਸ਼ੁਰੂ ਹੋ ਗਈ ਤੇ ਭੁਪਿੰਦਰ ਸਿੰਘ ਬੱਬੂ ਵੱਲੋਂ। ਆ ਜੀ
ਸਾਡੇ ਦਰਮਿਆਨ ਰਾਜਵੀਰ ਸਿੰਘ ਸਾਹਿਬ ਵੀ ਪਹੁੰਚੇ ਨੇ ਜੀ ਆਇਆਂ ਨੂੰ ਜੀ ਮਾਸਟਰ ਕੇਹਰ ਸਿੰਘ ਜੀ ਸਾਡੇ ਸਾਬਕਾ ਮਾਸਟਰ ਪਹੁੰਚੇ ਨੇ ਜੀ ਆਇਆਂ ਨੂੰ ਆ ਜਾਓ ਮਾਸਟਰ ਜੀ ਉੱਪਰ ਆ ਜਾਓ ਸਟੇਜ ਤੇ ਲੈ ਕੇ ਆਓ ਬਈ ਜੀ ਸਾਡੀ ਬੇਨਤੀ ਆ ਸ਼੍ਰੀ ਰਾਮ ਪ੍ਰਤਾਪ ਜੀ ਸਾਬਕਾ DSP CID ਪੁਲਿਸ ਉਹਨਾਂ ਨੂੰ ਬੇਨਤੀ ਆ ਕਿ ਉਹ ਸਟੇਜ ਤੇ ਪਹੁੰਚਣ ਨਾਲ ਪਰਸ਼ੋਤਮ ਭਾਜੀ ਨਾਲ ਮਾਸਟਰ ਚਰਨਜੀਤ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਕਿ ਆ ਜਾਓ ਅੰਕਲ ਜੀ ਅੱਗੇ ਮਾਸਟਰ ਜੀ ਆ ਜਾਓ ਜਾਓ ਜਿੱਤੇ ਲੈ ਕੇ ਆਓ ਉਹਨਾਂ ਨੂੰ ਆਪਣੇ ਨਾਲ ਬਿਠਾਓ ਕੁਰਸੀਆਂ ਤੇ ਸਾਡੇ ਦਰਮਿਆਨ ਸਾਡੇ ਮਾਸਟਰ ਜੀ ਮੋਗੇ ਨੇ ਗੋਲ ਕਰਤਾ ਮੱਲੀ ਕਲਾਸ ਮੋਗੇ ਵੱਲੋਂ ਲੋ ਜੀ ਸਿੱਧੂ ਨੇ 500 ਰੁਪਇਆ ਦਾਨ ਕੀਤਾ ਸੀ ਸਿੱਧੂ ਜੀ ਬਟਾਲੇ ਮੇਰੇ ਕੋਲ 500 ਰੁਪਏ ਮੋਗੇ ਦਾ ਇਤਾਰ ਕੋਈ ਨੀ ਇਸ ਕੰਮ ਦੇ ਬਹੁਤ ਵਧੀਆ ਲੈ ਜੀ ਲੀਡ ਘਟਾਲੀ ਮੋਗੇ ਨੇ 2-1 ਦਾ ਡਿਫਰੈਂਸ ਰਹਿ ਗਿਆ ਇੱਕ ਗੋਲ ਉਤਾਰਤਾ ਮੱਲੀ ਕਲਾਸ ਮੋਗੇ ਨੇ ਲੈ ਜੀ ਮੈਚ ਤੇ ਜਾਨ ਆ ਗਈ ਤਲਵੰਡੀ ਚਾਹ ਦੀਆਂ ਫੇਰ ਸਲੋ ਹੋਈ ਤੇ ਮੋਗੇ ਨੇ ਇਸੇ ਚੀਜ਼ ਦਾ ਫਾਇਦਾ ਫੇਰ ਤੇਰਾ ਕੱਲ ਦਾ ਇਨਾਮ ਜੋ ਦਲਜੀਤ ਸਿੰਘ UK ਨੇ ਲਾਇਆ ਸੀ ਤੇ 5100 ਰੁਪਇਆ ਉਹ ਆ ਗਿਆ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਜੀ ਗੋਲ ਤਲਵੰਡੀ ਨੇ ਨਾਲ ਹੀ ਗੋਲ ਦਾ ਬਦਲਾ ਗੋਲ ਗੋਲ ਦਾ ਬਦਲਾ ਗੋਲ ਵੀ ਕੋਈ ਵੀ ਟੀਮ ਰੈਫਰੀਆਂ ਦੇ ਫੈਸਲੇ ਤੇ ਕਿੰਤੂ ਪਰੰਤੂ ਨਾ ਕਰੇ ਇਸੇ ਕਰਕੇ ਅਸੀਂ ਬਾਹਰੋਂ ਸਪੈਸ਼ਲ ਰੈਫਰੀ ਸੱਦੇ ਨੇ ਵੀ ਕੋਈ ਡਾਊਟ ਨਾ ਕਿਸੇ ਨੂੰ ਹੋਵੇ ਤੇ ਮੇਰਾ ਵੀਰ ਰੈਫਰੀਆਂ ਦੇ ਫੈਸਲੇ ਤੇ ਕਿੰਤੂ ਪਰੰਤੂ ਨਾ ਕਰੋ ਭਾਜੀ ਪਲੀਜ਼ ਸਾਡੀ ਬੇਨਤੀ ਕਬੂਲ ਕਰੋ ਇੱਕ ਤੇ ਲਾਈਨ ਤੇ ਨਾ ਖੜੇ ਹੋਵੋ ਰਵਿੰਦਰ ਸਿੰਘ ਸਿੱਧੂ ਨੂੰ ਬੇਨਤੀ ਹੈ ਕਿ ਆਪਣੇ ਪਲੇਅਰਾਂ ਨੂੰ ਥੋੜਾ ਪਿੱਛੇ ਕਰ ਲਓ ਭਾਜੀ ਪਿੱਛੇ ਆ ਜਾਓ ਕੋਈ ਵੀ ਪਲੇਅਰ ਲਾਈਨ ਤੇ ਨਾ ਖੜਾ ਹੋਵੇ ਲੈ ਜੀ ਧੂਰੀ ਦੇ ਵੱਲੋਂ ਵੀ ਐਲਾਨ ਆ ਜੀ ਪੀਟਰ ਦੇ ਇੱਕੋ ਗੋਲ ਤੇ 2 ਗੋਲਾਂ ਤੇ ਇਹ ਪੂਰੀ ਮੈਂ ਮਾਈਕ ਆਨ ਕਰਨ ਲੱਗਾ ਮਾਈਕ ਨਾਲ ਕਰਨ ਲੱਗਾ ਆਪ ਬੋਲੀ
ਹੁਣ ਜੇ ਜਿਵੇਂ ਇਸ ਤਰ੍ਹਾਂ ਪੀਟਰ ਦੇ ਦਿਲ ਲਈ ਖੁਸ਼ਖਬਰੀ ਭੂਰੀ ਵੱਲੋਂ ਜੇ ਪੀਟਰ ਦੋ ਗੋਲ ਕਰਦਾ ਤੇ 1000 ਰੁਪਇਆ ਭੂਰੀ ਵੱਲੋਂ ਲਓ ਜੀ 1000 ਉਹ ਤੇ 500 ਸੋਨ ਚ ਲੱਭਿਆ ਤੇ 500 ਭੁਪਿੰਦਰ ਸਿੰਘ ਬੱਬੂ ਵੱਲੋਂ 2000 ਰੁਪਇਆ ਪੀਟਰ ਦੇ ਅੱਜ ਵੀ ਤਿੰਨ ਗੋਲਾਂ ਦਾ ਮੁੱਲ 2000 ਰੁਪਇਆ ਦੋ ਗੋਲਾਂ ਦਾ ਮੁੱਲ 1000 ਰੁਪਇਆ ਸਾਡੇ ਦਰਮਿਆਨ ਸਾਡੇ ਤੁਹਾਡੇ ਸੱਜਣ ਪਹੁੰਚ ਰਹੇ ਨੇ ਸਾਰਿਆਂ ਨੂੰ ਜੀ ਮਾਸਟਰ ਸ਼ਾਮਾ ਜੀ ਹੈਲੋ ਤਲਵੰਡੀ ਚੌਧਰੀਆਂ ਦੀ ਪੂਰੀ ਟੀਮ ਲਈ ਵੀ ਗੁਰਫੈਬ ਸਿੰਘ ਭੋਰੀ ਕੈਨੇਡਾ ਵੱਲੋਂ 1000 ਰੁਪਇਆ ਸਪੈਸ਼ਲ ਇਨਾਮ ਤਾਲੀਆਂ ਵੀ ਤਾਲੀਆਂ ਪੈਰਾਂ ਦਾ ਮੀਂਹ ਵਰ ਗਿਆ ਜੀ ਅੱਜ ਤਲਵੰਡੀ ਚੌਧਰੀਆਂ ਦੇ ਫੁੱਟਬਾਲ ਮੈਚਾਂ ਤੇ ਬਾਹਰ ਲਿਆ ਵੱਲੋਂ ਕਰਦੇ ਹੋਏ ਕਮਲ ਮੋਮੀ ਉਹਨਾਂ ਨੂੰ ਬੇਨਤੀ ਆ ਕਿ ਜਦੋਂ ਵੀ ਕੋਈ ਬਾਲ ਦਾ ਅਟੈਕ ਹੋ ਰਿਹਾ ਹੋਵੇ ਤੇ ਪੂਰਾ ਕੈਮਰਾ ਤੇ ਫੋਕਸ ਕੀਤਾ ਜਾਵੇ ਕਮਲ ਇਸ਼ਾਰਾ ਕਰਕੇ ਕਮਲ ਠੀਕ ਆ ਨਵਦੀਪ ਜੀ ਉਸੇ ਵੱਲੋਂ ਰਿਕੁਐਸਟ ਆਈ ਹੈ ਵੀ ਜਦੋਂ ਗੋਲ ਹੋ ਰਿਹਾ ਹੋਵੇ ਜਾਂ ਅਟੈਕ ਹੋ ਰਿਹਾ ਹੋਵੇ ਤੇ ਫੋਕਸ ਰੱਖਿਆ ਜਾਵੇ ਉੱਧਰ ਹੀ ਲਓ ਜੀ ਇਸ ਤੋਂ ਅਗਲਾ ਮੈਚ ਕੁਆਟਰ ਫਾਈਨਲ ਰਾਮਪੁਰ ਤੇ ਲਓ ਜੀ ਕੱਪ ਆ ਗਿਆ ਜੀ ਕਲੌਂਡੀ ਚੌਧਰੀਆਂ ਫੁੱਟਬਾਲ ਕੱਪ ਪਲੇਅਰੋਂ ਦੇਖਦੇ ਅੱਜ ਕੌਣ ਚੁੰਮਦਾ ਹੈ ਕੱਪ ਕਿਹੜਾ ਪਹਿਲਾ ਤੇ ਕਿਹੜਾ ਦੂਜਾ ਚੁੰਮਦਾ ਕੱਪ ਤਲਵੰਡੀ ਚੌਧਰੀਆਂ ਦਾ
Yeah.
Yeah.
ਜੋ ਮੈਂ ਇਸ ਤੋਂ ਬਾਅਦ ਅੱਛੇ ਕੋਈ ਬੱਚਿਆਂ ਦੀ ਰੇਸ ਹੋਵੇਗੀ ਸਾਰੇ ਬੱਚੇ ਤਿਆਰ ਰਹਿਣ ਕਿੰਨੇ ਤਾਰ ਨਾ ਲਾਓ ਮੇਰਾ ਵੀਰ ਲਾਈਟ ਆ ਗਈ ਹੈ ਤੇ ਆਪਾਂ ਲਾਈਟ ਵੀ ਲਾਉਂਦੇ ਜਨਰੇਟਰ ਲਾਉਣ ਵਾਲੇ ਸਾਡੇ ਪ੍ਰਧਾਨ ਬਲਵਿੰਦਰ ਸਿੰਘ ਲੱਡੀ ਪ੍ਰਧਾਨ ਵੀ ਬਹੁਤ ਰਹੇ ਸੀ ਸਾਨੂੰ ਜਦੋਂ ਨਜ਼ਰ ਨਹੀਂ ਆ ਰਹੇ ਬਲਵਿੰਦਰ ਸਿੰਘ ਲੱਡੀ ਪ੍ਰਧਾਨ ਜਿਹਨਾਂ ਆਲ ਆਫਿਸਰ ਦਾ ਫਸਟ ਪ੍ਰਾਈਜ਼ ਦਾ ਐਲਾਨ ਹੈ ਬਲਵਿੰਦਰ ਸਿੰਘ ਲੱਡੀ ਪ੍ਰਧਾਨ ਇੱਕ ਮੈਂ ਸਮੀਰ ਸਿੰਘ ਦੀ ਚਾਬੀ ਹੈ ਹੀਰਿਆਂ ਦੇ ਵੀ ਸਟੇਜ ਤੇ ਡਿੱਗੀ ਸੀ ਕਿਉਂ ਜੀ ਜੇ ਕਿਸੇ ਵੀ ਹੈਗੀ ਹੈ ਤੇ ਮੇਰਾ ਵੀਰ ਲੈ ਲਓ ਆ ਕੇ ਸਟੇਜ ਦੇ ਕੋਲ ਬ
ਬਾਲ ਵਿੱਚੋਂ ਤੋਂ ਚਾਰ ਨੰਬਰ ਤੋਂ ਵਿੱਚ ਨੇ ਸਟ੍ਰੈਕ ਪੁਆਇੰਟ ਦੇ ਸੋਚ ਪਾਣੇ ਨੇ ਬਾਅਦ ਦਾ ਮਿਸ ਕੀਤਾ ਕਰਨ ਨੇ ਬਾਲ ਗੋਲਕੀਪਰ ਨੇ ਟ੍ਰੈਕ ਕਰਕੇ ਬਾਲ ਲੰਬੀ ਖੇਤ ਲਗਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਪਿੱਛੇ ਬੱਚਿਆਂ ਮੋਟਰਸਾਈਕਲ ਪਿੱਛੇ ਅੱਗੇ ਨਹੀਂ ਲਿਆਉਣਾ ਵੀ ਪੁਆਇੰਟ ਮੋਟਰਸਾਈਕਲ ਬਹੁਤ ਵਧੀਆ ਮੈਚ ਚਾਰ ਦੋ ਦੀ ਲੀਡ ਸਾਡੇ ਦਰਮਿਆਨ ਮੱਖਣ ਪਾਲ ਜੀ ਸਾਜਨ ਭਾਜੀ ਨਾਲ ਰਾਜਾ ਭਾਜੀ ਨਾਲ ਸੋਨੇ ਜੀ ਇੱਧਰ ਸਾਡੇ ਦਰਮਿਆਨ ਬਲਵਿੰਦਰ ਸਿੰਘ ਲੱਡੂ ਪ੍ਰਧਾਨ ਵੀ ਪਹੁੰਚ ਰਹੇ ਨੇ ਜਿਹਨਾਂ ਦਾ ਵਿਸ਼ੇਸ਼ ਸਹਿਯੋਗ ਪਹਿਲਾ ਇਨਾਮ ਜਿਹਨਾਂ ਵੱਲੋਂ ਜਿਹਨਾਂ ਦੋਸਤ ਪਰਿਵਾਰ ਵੱਲੋਂ ਸਾਨੂੰ ਮਿਲਿਆ ਬਹੁਤ ਵਧੀਆ ਚਲਾਕੀ ਨਾਲ ਬਾਲ ਕੱਢਿਆ ਸਰਦਾਰ ਸੁਰਜੀਤ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਨੇ ਰਾਣੇ ਰਣਵੀਰ ਸਿੰਘ ਰਾਣਾ ਜੀ ਦੇ ਸਾਡੇ ਸਾਹਿਬ ਉਹਨਾਂ ਜੀ ਆਇਆਂ ਨੂੰ ਉਹਨਾਂ ਨੇ ਦੇਖ ਲਿਆ ਸਟੇਜ ਤੇ ਆਏ ਬਲਵਿੰਦਰ ਸਿੰਘ ਲੱਡੂ ਪ੍ਰਧਾਨ ਜੀ ਆਇਆ ਨੇ ਸਾਡੇ ਸਪੈਸ਼ਲ ਗੈਸਟ ਜਿਹੜੇ ਪਹੁੰਚੇ ਸਨ ਲੰਮੀ ਪਾਈ ਬਾਲ ਪਰ ਗੋਲ ਕੀਤੇ ਨੇ ਟ੍ਰੈਕ ਹੈਲੋ ਲਾਈਟ ਆ ਗਈ ਫਾਈਨਲ ਵਿਨ ਕਰਦੀ ਆ ਤੇ ਦਲਜੀਤ ਸਿੰਘ ਯੂਕੇ ਵੱਲੋਂ 2100 ਰੁਪਏ ਦਾ ਵਿਸ਼ੇਸ਼ ਇਨਾਮ ਤਲਵੰਡੀ ਚੌਧਰੀਆਂ ਦੀ ਪੂਰੀ ਟੀਮ ਲਈ ਤੇ ਅਗਲੇ ਸਾਲ ਲਈ ਵੀ ਐਲਾਨ ਆ ਗਿਆ ਜੀ ਮੇਰੇ ਵੀਰੋਂ ਜਿਹੜਾ ਵੀ ਟੂਰਨਾਮੈਂਟ ਆਫ ਦਾ ਪਲੇਅਰ ਹੋਵੇਗਾ ਪੂਰੀ ਸੀਰੀਜ਼ ਦਾ ਪਲੇਅਰ ਹੋਵੇਗਾ ਮੈਨ ਆਫ ਦੀ ਟੂਰਨਾਮੈਂਟ ਹੋਵੇਗਾ ਉਹਨੂੰ ਦਲਜੀਤ ਸਿੰਘ ਯੂਕੇ ਵੱਲੋਂ ਵਾਸ਼ਿੰਗ ਮਸ਼ੀਨ ਦਿੱਤੀ ਜਾਵੇਗੀ ਤਾਲੀਆਂ ਵੀ ਤਾਲੀਆਂ ਫੁੱਟਬਾਲ ਲਈ ਪੈਸਿਆਂ ਦਾ ਮੀਂਹ ਵਰ ਗਿਆ ਜੀ ਅੱਜ ਵੀ 500 ਰੁਪਇਆ ਲੱਗਾ ਸੀ ਤਲਵੰਡੀ ਲਈ 2500 ਰੁਪਇਆ ਪਹਿਲਾਂ ਵਿਸ਼ੇਸ਼ ਇਨਾਮ ਤਲਵੰਡੀ ਨੂੰ ਮਿਲ ਚੁੱਕਾ ਤੇ ਅਗਲੇ ਸਾਲ ਲਈ ਵਿਸ਼ੇਸ਼ ਇਨਾਮ ਟੂਰਨਾਮੈਂਟ ਆਫ ਦੀ ਪਲੇਅਰ ਲਈ ਵਾਸ਼ਿੰਗ ਮਸ਼ੀਨ ਦਲਜੀਤ ਸਿੰਘ ਯੂਕੇ ਵੱਲੋਂ ਤੇ ਨਾਲੇ ਤਲਵੰਡੀ ਚੌਧਰੀਆਂ ਦੀ ਪੂਰੀ ਟੀਮ ਲਈ ਅਗਲੇ ਸਾਲ ਕਿੱਟ ਸਪੌਂਸਰ ਕਰ ਰਹੇ ਨੇ ਦਲਜੀਤ ਸਿੰਘ ਯੂਕੇ ਤਾਲੀਆਂ ਤਾਲੀਆਂ ਬਈ ਦਲਜੀਤ ਸਿੰਘ ਯੂਕੇ ਵੱਲੋਂ ਫੁੱਟਬਾਲ ਲਈ ਪੈਸਿਆਂ ਦਾ ਮੀਂਹ ਵਰਾਤਾ ਬਾਹਰਲਿਆਂ ਨੇ ਅੱਗੇ 1000 ਰੁਪਇਆ ਪੀਟਰ ਦੇ ਲਾਇਆ ਭੁਪਿੰਦਰ ਸਿੰਘ ਬੱਬੂ ਜੀ ਨੇ 500 ਰੁਪਇਆ ਲਾਇਆ ਤਿੰਨ ਗੋਲਾਂ ਤੇ ਸੋਨੂ ਚ ਲੱਧੀਏ ਨੇ ਤੇ ਇਦਾਂ ਹੀ ਧੂਰੀ ਨੇ 1000 ਹਿੰਦੀ ਦੇ ਟੀਚਰ ਰਹੇ ਸਰਦਾਰ ਕੇ ਸਿੰਘ ਮਾਸਟਰ ਜੀ ਉਹਨਾਂ ਨੇ ਸਾਡੀ ਕਮੇਟੀ ਨੂੰ ਸਾਡੇ ਕਲੱਬ ਨੂੰ 500 ਰੁਪਇਆ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਜਿਹੜੇ ਵੀ ਮੇਰੇ ਵੀਰ ਬਾਹਰੋਂ ਦੂਰੋਂ ਨੇੜਿਓਂ ਇੱਥੇ ਆਏ ਨੇ ਉਹਨਾਂ ਨੂੰ ਜੀ ਆਇਆ ਸ਼ਹੀਦ ਆਜ਼ਮ ਭਗਤ ਸਿੰਘ ਸੁਸਾਇਟੀ ਤਲਵੰਡੀ ਚੌਧਰੀਆਂ ਜੀ ਆਇਆ ਕਹਿੰਦੀ ਆ
ਅੱਜ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਉਹਨਾਂ ਦੀ ਯਾਦ ਦੇ ਵਿੱਚ ਇਹ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾ ਰਹੇ ਹਾਂ ਪਿੰਡ ਤਰੌਡੀ ਚੌੜੀਆਂ ਦੇ ਵਿੱਚ ਇਸਦਾ ਤੀਸਰਾ ਦਿਨ ਜਿਸ ਦੇ ਵਿੱਚ ਇਸ ਮੈਚ ਤੋਂ ਬਾਅਦ ਬੱਚਿਆਂ ਦੀਆਂ ਧੜਾਂ ਵੀ ਦੇਖਣ ਨੂੰ ਮਿਲਣਗੀਆਂ ਤੇ ਫੁੱਟਬਾਲ ਦਾ ਨੈਸ਼ਨਲ ਕਬੱਡੀ ਦੇ ਵੀ ਮੈਚ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਸੋਹਣੇ ਜਿਸ ਦੇ ਵਿੱਚ ਮੈਨੂੰ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਨੇ ਨਾਲ ਇਹਨਾਂ ਦੇ ਸਹਿਯੋਗੀ ਇਹਨਾਂ ਦੇ ਪ੍ਰਵਾਦੀ ਹੈ ਜਿਹੜੇ ਸਾਨੂੰ ਇੰਨਾ ਸਹਿਯੋਗ ਦੇ ਰਹੇ ਨੇ ਲੜੀ ਦਲਜੀਤ ਸਿੰਘ ਯੂਕੇ ਦੱਸ ਰਹੇ ਆ ਕਿ ਇਸ ਵਾਰ ਮੈਂ ਸਾਰੇ ਦਿਹਾੜੀ ਕੋਈ ਕੰਮ ਨੀ ਕਰਨਾ ਸਿਰਫ ਮੈਂ ਕੈਮਰੇ ਤੇ ਮੈਚ ਹੀ ਦੇਖਣੇ ਤਲਵੰਡੀ ਦੇ ਕਹਿੰਦੇ ਅੱਜ ਦੀ ਦਿਹਾੜੀ ਛੁੱਟੀ ਅੱਜ ਪੌਂਡ ਨੀ ਕਮਾਉਣੇ ਅੱਜ ਤਲਵੰਡੀ ਦੇ ਮੈਚ ਦੇਖਣੇ ਆ ਯੂਕੇ ਤੇ ਬਹਿ ਕੇ ਲਾਈਵ ਜਿਹੜਾ ਮੋਮੀ ਪਰਿਵਾਰ ਵੱਲੋਂ ਲਾਈਵ ਪ੍ਰੋਗਰਾਮ ਚਲਾਇਆ ਜਾ ਰਿਹਾ ਤੇ ਕਹਿੰਦੇ ਅੱਜ ਸਿਰਫ ਮੈਚ ਹੀ ਦੇਖਣੇ ਅੱਜ ਕੋਈ ਕੰਮ ਨੀ ਕਰਨਾ ਪੌਂਡਾਂ ਪੂੰਡਾਂ ਦਾ ਅੱਜ ਕੋਈ ਚਾਅ ਨੀ ਅੱਜ ਸਿਰਫ ਸਾਡੇ ਤਲਵੰਡੀ ਚੌਧਰੀਆਂ ਦੇ ਫੁੱਟਬਾਲ ਟੂਰਨਾਮੈਂਟ ਦਾ ਚਾਅ ਤੇ ਮੈਚ ਹੀ ਦੇਖਣੇ ਅੱਜ ਮੜਿਆ ਜੀ ਹੌਲੀ ਹੌਲੀ ਕਦਮ ਪੁੱਟਦੇ ਹੋਏ ਸਟੇਜ ਵੱਲ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਸਾਰੀਆਂ ਸੇਵਾਵਾਂ ਇੱਥੇ ਦੇ ਦਿਓ ਅੱਜ ਦਾ ਦਿਨ ਸਾਡੇ ਲਈ ਭਾਰੀ ਦੇਣਾ ਇਹ ਟੂਰਨਾਮੈਂਟ ਨੂੰ ਨੇਪਰੇ ਵਧੀਆ ਤਰੀਕੇ ਨਾਲ ਚਾੜਨ ਲਈ ਸਾਡੇ ਸਾਰੇ ਸੱਜਣ ਮਿੱਤਰ ਜਿਹੜੇ ਸਾਨੂੰ ਸਪੋਰਟ ਕਰ ਰਹੇ ਹਨ ਜਿਹੜੇ ਸਾਡੇ ਇੱਥੇ ਆ ਕੇ ਜਿਨ੍ਹਾਂ ਨੇ ਮਾਣ ਵਧਾਇਆ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕੋਈ ਸਾਡੇ ਵੱਡੇ ਤੇ ਵੱਡੇ ਵੀਰ ਨੇ ਤੇ ਕੋਈ ਸਾਡੇ ਮਾਸਟਰ ਜੀ ਨੇ ਵੱਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਸਾਡੀ ਕੋਸ਼ਿਸ਼ ਹੈ ਵੀ ਇਹ ਟੂਰਨਾਮੈਂਟ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧਦਾ ਜਾਵੇ ਸਾਲ ਬਰ ਸਾਲ ਬਾਹਰਲੇ ਸਾਰੇ ਐਨਆਰਏ ਵੀ ਬਹੁਤ ਸਹਿਯੋਗ ਕਰ ਰਹੇ ਨੇ ਤੇ ਪਿੰਡ ਵਾਲੇ ਵੀ ਬਹੁਤ ਸਹਿਯੋਗ ਕਰ ਰਹੇ ਨੇ ਉਹ ਭੈਣੀ ਅੱਖਾਂ ਇੱਧਰ ਮਾਰ ਦੇ ਲਓ ਜੀ ਜਿਹੜਾ ਅੱਜ ਕੁੜੀਆਂ ਦੀ ਕਬੱਡੀ ਦਾ ਸ਼ੋਅ ਮੈਚ ਹੋਣ ਵਾਲਾ ਹੈ ਉਸ ਨੂੰ ਸਪੌਂਸਰ ਕਰ ਰਹੇ ਨੇ ਰਾਜਵੀਰ ਸਿੰਘ ਸਾਬੀ ਤਾਲੀਆਂ ਜੀ ਰਾਜਵੀਰ ਸਿੰਘ ਸਾਬੀ ਔਰ ਇੱਧਰ ਤਲਵੰਡੀ ਚੌਧਰੀਆਂ ਨੇ ਮੈਚ ਵਿਨ ਕਰ ਲਿਆ ਜੀ ਬਹੁਤ ਬਹੁਤ ਮੁਬਾਰਕਾਂ ਤਲਵੰਡੀ ਚੌਧਰੀਆਂ ਵਾਲਿਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਔਰ ਫਾਈਨਲ ਚ ਐਂਟਰ ਕਰ ਗਈ ਤਲਵੰਡੀ ਚੌਧਰੀਆਂ ਤਾਲੀਆਂ ਵਜਾ ਲਓ ਕਰੀ ਜ਼ੋਰਦਾਰ ਤਲਵੰਡੀ ਚੌਧਰੀਆਂ ਲਈ ਲਓ ਜੀ ਬੱਚਿਆਂ ਦੀ ਧੜ ਹੋਵੇਗੀ ਉਸ ਤੋਂ ਬਾਅਦ ਅਗਲਾ ਕੁਆਟਰ ਫਾਈਨਲ ਮੇਰੇ ਵੀਰ ਛੋਟੀ ਨੂੰ ਬੇਨਤੀ ਹੈ ਕਿ ਨਿਆਣਿਆਂ ਨੂੰ ਛੋਟੀ ਬੱਚਿਆਂ ਨੂੰ ਤਿਆਰ ਕਰੋ ਇੱਕ ਪੋਲ ਤੋਂ ਦੂਜੇ ਤੇ ਪੋਲ ਤੱਕ ਦੌੜ ਲਵਾਈ ਜਾਏਗੀ ਰਾਜਵੀਰ ਸਾਬੀ ਵੱਲੋਂ ਤਲਵੰਡੀ ਚੌਧਰੀਆਂ ਦੀ ਰਾਜਵੀਰ ਸਿੰਘ ਸਾਬੀ ਵੱਲੋਂ ਤਲਵੰਡੀਆਂ ਦੇ ਵਿੱਚ ਜੋ ਕੁੜੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਦਾ ਮੈਚ ਹੋਣ ਜਾ ਰਿਹਾ ਇਸ ਹੋਵੇ ਗਰਮ ਗਰਮ ਰੇਸ ਸ਼ੁਰੂ ਹੋਣ ਲੱਗੀ ਆ ਬੜੀ ਭੇੜੇ ਬੜੀ ਦੇਵੀ ਉਧਰ ਡੱਡੀ ਉਧਰ ਚੰਨੀ ਦੇਵੇ ਕੌਣ ਜਾਂਦਾ ਅੱਗੇ ਔਰ ਇੱਕ ਹੋਰ ਲੜਕਾ ਨਿਕਲਿਆ ਅੱਗੇ ਬਹੁਤ ਵਧੀਆ ਬਈ ਡੱਡੀ ਨੇ ਸ਼ਾਇਦ ਡੱਡੀ ਜਾਂ ਇੱਕ ਹੋਰ ਲੜਕਾ ਵਾ ਮੈਨੂੰ ਨਾਮ ਨੀ ਪਤਾ ਉਹਨੇ ਵਿਨ ਕੀਤਾ ਸ਼ਾਇਦ ਉਧਰ ਮੇਰੀ ਕਮੇਟੀ ਨੂੰ ਬੇਨਤੀ ਆ ਲੱਡੂ ਪ੍ਰਧਾਨ ਅੰਕਲ ਜੀ ਰਾਮ ਪ੍ਰਤਾਪ ਅੰਕਲ ਜੀ ਕਹਿੰਦੇ ਸਰਦਾਰ ਜਰਨੈਲ ਸਿੰਘ ਜੀ ਜਿੱਥੇ ਵੀ ਹੋਣ ਜਰਨੈਲ ਸਿੰਘ ਜੀ ਖਾਲੀ ਹੋਣੀ ਸਾਲਾ ਤੂੰ ਭੁੱਖਾ ਰਹਿਣਾ ਕਿੱਥੇ ਸੌਂ ਲੱਗ ਦੌੜ ਕੇ ਬੱਚਾ ਦੌੜ ਕੇ ਔਰ ਉਧਰ ਮੇਰੀ ਗੁੜੀਆ ਵੀ ਭੱਜ ਰਹੀ ਆ ਸੈਕਿੰਡ ਪੋਜੀਸ਼ਨ ਤੇ ਔਰ ਸੈਕਿੰਡ ਆ ਗਈ ਬਹੁਤ ਵਧੀਆ ਜਿਸ ਨੂੰ ਆਸ਼ੀਰਵਾਦ ਦੇਣ ਲਈ ਸਾਡੇ ਪਤਵੰਤੇ ਸੱਜਣ ਜਾ ਰਹੇ ਨੇ ਇੱਧਰ ਸਾਹਮਣੇ ਦੇਖ
ਵਿਸ਼ੇਸ਼ ਨਾਮ ਮੰਡੀ ਕਲੱਬ ਮੋਗਾ ਨੂੰ ਬੱਚੇ ਤੁਸੀਂ ਇਧਰ ਨੂੰ ਕੋਈ ਨੀ ਨਾਲ ਹੀ ਖੜੇ ਰਹਿੰਦੇ ਹਾਂਜੀ ਭਾਈ ਇੱਧਰ ਸਾਹਮਣੇ ਦੇਖ ਕੇ ਇੱਧਰ ਬੇਟਾ ਇੱਧਰ ਅੰਕਲ ਇੱਧਰ ਦੇਖੋ ਸਾਹਮਣੇ ਬਹੁਤ ਬੋਲ ਰਹੀ ਆ ਅੱਛਾ ਸਰ ਸਰ ਰਿੰਪੀ ਰਿੰਪੀ ਨੂੰ ਫੜ ਨਾ ਨਾਲ ਫਾੜ ਕੇ ਆ ਕੈਸ਼ ਨਾ ਹਾਂਜੀ ਇੱਕ ਸਾਹਮਣੇ ਦੇਖ ਕੇ ਇੱਕ ਨਾਲ ਹੋ ਜਾਓ ਉੱਪਰ ਦਰਸ਼ਨ ਦੇ ਉਹਦੇ ਬੜੇ ਆ ਹੈਲੋ ਰਾਜਵਿੰਦਰ ਤੇ ਗੁਰਕੇਤ ਇਹਨਾਂ ਨੂੰ ਤਾਲੀਆਂ ਹਾਂਜੀ ਇੱਧਰ ਸਾਹਮਣੇ ਦੇਖ ਸਰ ਰਾਜਵੀਰ ਛੋਟਾ ਲੜਕਾ ਚਲੋ ਜੀ ਅਮਨਦੀਪ ਗੁਰਬਾਰ ਅੰਸ਼ ਤੇ ਅਮਨਦੀਪ ਹਾਂਜੀ ਇੱਧਰ ਸਾਹਮਣੇ ਦੇਖ ਕੇ ਸਰ ਕਿੱਧਰ ਗਿਆ ਹੋਵੇ ਇੱਧਰ ਸਾਹਮਣੇ ਸਾਹਮਣੇ ਦੇਖ ਕੇ ਸਾਰੇ
ਬਹੁਤ ਬਹੁਤ ਧੰਨਵਾਦ ਸਾਡੇ ਇੱਥੇ ਆਉਣ ਤੇ। ਇੱਧਰ ਕਬੱਡੀ ਦਾ ਮੈਚ ਵੀ ਸ਼ੁਰੂ ਹੋਣ ਲੱਗਾ ਜੀ, ਰੋਪਰ ਕਿੰਗ ਤੇ ਨਡਾਲਾ ਬੁਲਸ ਦੋਵੇਂ ਟੀਮਾਂ ਤਿਆਰ ਕਰ ਤਿਆਰ। ਹੁਣ ਜਲਦੀ ਤੋਂ ਜਲਦੀ ਰੈਫਰੀ ਸਾਹਿਬਾਨ ਨੂੰ ਬੇਨਤੀ ਹੈ ਮੈਚ ਸਟੇਜ ਤੇ। ਜੇ ਤੁਸੀਂ ਮੇਰੀ ਬੇਨਤੀ ਹੈਗੀ ਤਾਂ ਸਟੇਜ ਤੇ ਆ ਕੇ ਲੈ ਲਵੇ। ਜਿਹੜਾ ਤਰੌਂਡੀ ਚੌਧਰੀਆਂ ਮੇਰੇ ਨਵੀਂ ਮੜੀਆਂ ਵਿਸ਼ੇਸ਼ ਸਨਮਾਨ ਦੇ ਰਹੇ ਨੇ, ਟਰੋਫੀ ਦੇ ਨਾਲ ਸਨਮਾਨ ਕਰ ਰਹੇ ਨੇ। ਇੱਕ ਮਿੰਟ ਹੋਲਡ ਕਰ ਲਓ, ਰੈਫਰੀ ਸਾਹਿਬਾਨ ਟੌਸ ਕਰ ਰਹੇ ਨੇ। ਅਗਲੇ ਦਿੰਦੇ ਹੋਏ ਸਾਲਾਨਾ ਟੂਰਨਾਮੈਂਟ ਵੀਰਾਂ ਦੇ ਸਹਿਯੋਗ ਨਾਲ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ, ਦਿਨ ਰਾਤ ਮਿਹਨਤ ਕਰਕੇ ਇਹ ਟੂਰਨਾਮੈਂਟ ਨੂੰ ਸਫਲ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਨੇ। ਸਾਰੇ ਦੂਰੋਂ ਦੂਰੋਂ ਆਏ ਸਾਡੇ ਵੀਰ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਸਾਡੇ ਕੋਲ ਅੱਜ ਮੁੱਖ ਮਹਿਮਾਨ ਡੀ ਐਸ ਪੀ ਸੁਲਤਾਨਪੁਰ ਤੋਂ ਸਰਦਾਰ ਪਿਆਰ ਗਗਨ।